असलामकुम की हाल चाल है जी कि सब वाया हर तरह खैरियत है जी मेरी दुआवां हमेशा तोडे अल्लाह पाकतन तो खुश रखे जिंद वसते रहो कॉल मिला जा रहे हैं जी नीवे न Uh, मजेदार आइडिया मजेदार काम है कॉल मिलाओ जी हेलो हेलो क्या हाल है मैंने ठीक है भाई तबीयत ਤੇਰੀ ਖਰਾਬ ਲੱਗਦੀ। ਹੋ ਯਾਰ ਵਸੇ ਆ ਕੇ ਤੇਰਾ ਤਾਂ ਫੋਨ ਬੰਦ ਸੇਗਾ 3 ਦਿਨ ਤੋ। ਹੋਇਆ ਹੋਇਆ ਯਾਰ ਤੂੰ ਕੀ ਕਰਦਾ ਸੀ? ਨਬੜੇ ਫੋਨ ਕੀਤੇ ਯਾਰ ਤੈਨੂੰ। ਹੋ ਯਾਰ 2-3 ਦਿਨ ਪਹਿਲੇ ਮੈਂ ਪੱਠੇ ਪਾਉਨੇ ਆ ਸੀ ਮਾਜੀ ਨੂੰ। ਤੇ ਉਤਲੇ ਜਿਵੇਂ ਜਿਸੀ ਟੈਲੀਫੋਨ। ਤੇ ਉਹ ਪੱਠੇ ਪਾਉਂਦੇ ਪਾਉਂਦੇ ਟੈਲੀਫੋਨ ਵੀ ਖੋਲੀ ਚ ਡੇਕ ਪਏ। ਉਹ ਮੁਰਕੇ ਪੱਠਿਆਂ ਦੇ ਨਾਲ ਟੈਲੀਫੋਨ ਵੀ ਖਾ ਗਈ ਮਾਜੀ ਮੇਰੀ। ਮੈਂ ਲੱਭਦਾ ਰਿਆਂ ਪਤਾ ਕੋਈ ਨਹੀਂ ਲੱਗਾ ਮਉਣ ਕੇ ਮੱਖੀ ਚੋਦੇ ਮਾਰੀਆਂ ਕੋਣੀਆਂ ਕੋਣੀਆਂ ਹੂੰ ਉਹਨੇ ਤਾਂ ਕੋਈ ਨਹੀਂ ਕੱਢਿਆ ਹੂੰ ਮੈਂ ਫੇ ਪੈਸੇ ਕੱਢ ਤੇ ਬਾਹਰ ਕਿੰਨਾ ਮਾ ਲਿਆ ਉਹ ਤੇ ਅੱਜ ਦੁਪਹਿਰੇ ਮੁੰਡੇ ਨੇ ਲਿਆ ਕੇ ਦਿੱਤਾ ਮੇਰਾ ਦੋਸਤ ਐ ਤੇ ਰਾਸ਼ਦ ਹੂੰ ਇਹ ਆ ਮੋਬਾਈਲਾਂ ਦਾ ਕੰਮ ਕਰਦਾ ਸੀ ਹੂੰ ਕੈਰੀਅਰ ਸੀ ਦਾਦਾ ਜੀ ਫੌਤ ਹੋ ਗਏ ਐ ਤੇਰੇ ਦਾਦਾ ਜੀ ਹੋ ਯਾਰ ਕੀ ਕਹਿੰਨੇ ਆ ਯਾਰ ਜਜੇ ਯਾਰ ਉਹ ਤੇ ਹਾਲੇ ਵਾ ਪਿਛਲੇ ਹਫਤੇ ਜਦੋਂ ਆਇਆ ਵਾ ਹਾ ਕਿਉ ਦੇਨ ਤਾਂ ਡਿਆਲ ਹਾਂਜੀ ਉਦੋਂ ਯਾਰ ਮੈਂ ਬੈਠ ਕੇ ਬੈ ਕੇ ਗੱਲਾਂ ਕਰਕੇ ਗਿਆ ਤੇਰੇ ਦਾਦਾ ਜੀ ਨੇ ਹਾਏ ਓਏ ਘਰ ਇਦਾਂ ਲੱਗਦਾ ਜਿੱਦਾਂ ਨਾ ਬਸ ਉਜੜਿਆ ਉਜੜਿਆ ਵੇਲ ਵੇਲ ਜਈ ਜਿੱਦਾਂ ਨਾ ਯਾਰ ਮੈਨੂੰ ਤਾਂ ਯਕੀਨ ਨਹੀਂ ਹੋਇਆ ਕੀ ਦਾਦਾ ਜੀ ਨੂੰ ਹੋਇਆ ਉਹ ਜਿਹੜੇ ਤੇਰੇ ਕੋ ਕੁੱਕੜ ਮੰਗਾਏ ਸੀ ਆਹੋ ਸੀਲ ਕੁੱਕੜ ਹੈ ਸੀਲ ਹਾਂ ਉਹ ਰਮਨਦ ਉਹ ਕੁੱਕੜ ਲਿਆਂਦੇ ਤੂੰ ਦਿੱਤੇ ਆਹੋ ਤੇ ਉਹਦੇ ਦਾਦਾ ਜੀ ਨੇ ਥੇਰਾ ਕਿਹਾ ਸੀ ਵੀ ਤਗੜੇ ਲਿਆ ਕੇ ਦੇ ਮੈਂ ਤੇ ਭਰਾਵਾ ਇੱਕ ਆਪਣੇ ਵਾਲਾ ਤੇ ਇੱਕ ਇੱਕ ਬੰਦੇ ਕੋ ਮਗਤਾ ਲਿਆ ਮੈਂ ਕਿਹਾ ਮੈਂ ਪੈਸੇ ਦੇ ਦੇਾਂਗਾ ਉਹ ਤੇ ਤਗੜੇ ਕੁੱਕੜ ਕੁੱਕੜਾ ਨੂੰ ਕੀ ਕੀ ਗੱਲ ਹੋਈ ਉਹ ਕੁੱਕੜਾ ਤਾਂ ਨਾ ਉਹਨਾਂ ਨੂੰ ਉਹ ਕੁੱਕੜ ਨੂੰ ਸਗੀ ਕਿਤੇ ਜਿਹੜਾ ਤੂੰ ਕਿਸੇ ਬੰਦੇ ਕੋ ਸ਼ਾਇਦ ਲਿਆ ਹੋਣਾ ਉਹਨੂੰ ਸਗੀ ਖਾਰਿਸ਼ ਕੁੱਕੜ ਨੂੰ ਹਾਂ ਅੱਛਾ ਫੇਰ ਉਹ ਬਸ ਉਹ ਦਾਦਾ ਜੀ ਹੱਥ ਚ ਫੜ ਕੇ ਝੋਲੀ ਚ ਫੜ ਕੇ ਕਦੀ ਆਇਆ ਨੂੰ ਕਦੀ ਆਇਆ ਨੂੰ ਕੁੱਕੜ ਨੂੰ ਕੁੱਕੜ ਨੂੰ ਅੱਛਾ ਤੂੰ ਫਿਰਦੇ ਫੁਰਦੇ ਰਹੇ ਅੱਛਾ ਉਹ ਇੱਕ ਦਿਨ ਉਹਨਾਂ ਨੇ ਕਮੀਜ਼ ਕਮੂਜ਼ ਪਾਈ ਨਹੀਂ ਸੀ ਹੋਈ ਦਾਦਾ ਜੀ ਨੇ ਕਿਤੇ ਬਗਲ ਚ ਲਈ ਫਿਰਦੇ ਰਹੇ ਉਹਨੂੰ ਤੇ ਉਤੋਂ ਲੱਗ ਗਿਆ ਵਾਇਰਸ ਉਹਨਾਂ ਨੂੰ ਖਾਰਸ਼ ਦਾ ਕੁੱਕੜ ਖਾਰਸ਼ ਓਏ ਹੋਏ ਅੱਛਾ ਫਿਰ ਬਰਡ ਖਾਰਸ਼ ਕੋਕੜਾ ਲਈ ਹਾਂ ਕੁੱਕੜੀ ਖਾਰਸ਼ ਕੁੱਕੜ ਖਾਰਸ਼ ਠੀਕ ਆ ਯਾਰ ਕੋਈ ਕੋਈ ਜਾਨਵਰ ਆ ਜਿੰਨੇ ਮਰਜ਼ੀ ਬਣਾਈ ਆ ਠੇ ਫਿਰ ਤੇ ਉਹ ਬਾਬਾ ਜੀ ਦੇ ਉੱਥੇ ਖਾਜੀ ਹੋਣ ਲੱਪਈ ਅੱਛਾ ਮੈਂ ਸਾਡੇ ਕੋਲ ਇੱਕ ਜਰਾ ਆ ਮੈਂ ਉਹਨੂੰ ਕਿਹਾ ਜੀ ਖਾਰਸ਼ ਮਲਮ ਦੇ ਦਿਓ ਜੀ ਹਾਂ ਦੇ ਬਿਲਕੁਲ ਠੀਕ ਹੈ ਫੇਰ ਉਹਨਾਂ ਨੇ ਉਹ ਮਲਮ ਮਲਮ ਮਲੀ ਤੇ ਮੈਂ ਕਿਹਾ ਮੈਂ ਕਿਹਾ ਨਿੰਮ ਦੇ ਪੱਤਿਆਂ ਨਾਲ ਨਾਓ ਅੱਛਾ ਤੇ ਮੈਂ ਨਾ ਆਇਆ ਤੇ ਕਹਿੰਦੇ ਯਾਰ ਤੂੰ ਇਦਾਂ ਕਰਨ ਨਿੰਮ ਦੀਆਂ ਨਾ ਸੁਣੀਆਂ ਸੁਣੀਆਂ ਕੁੰਬਲਾਂ ਜਿਹੜੀਆਂ ਤਾਜ਼ ਨਵੀਆਂ ਕੁੰਬੜੀਆਂ ਨਿਕਲਦੀਆਂ ਹੁੰਦੀਆਂ ਉਹ ਲਿਆ ਕੇ ਦੇ ਉਹ ਕਟੀਆਂ ਕਟੀਆਂ ਅੱਛਾ ਕਟ ਕੇ ਉਹਦੀਆਂ ਗੋਲੀਆਂ ਬਣਾਈਆਂ ਇੱਕ ਗੋਲੀ ਇੱਕ ਸਵੇਰ ਸ਼ਾਮ ਖਾਂਦੇ ਸੀਗੇ ਅੱਛਾ ਪਰ ਉਹਦੇ ਨਾਲ ਵੀ ਰਾਮ ਨਹੀਂ ਆਇਆ ਫੇਰ ਵਾਧਦੀ ਗਈ ਵਾਧਦੀ ਗਈ ਵਾਧਦੀ ਗਈ ਕੁੜ ਨੋ ਤੇ ਸਿਹਾਰੇ ਤੇ ਕੁੱਕੜ ਤੋਂ ਕੀ ਦਾਦਾ ਜੀ ਨੂੰ ਹੋ ਗਈ ਹਾਂਜੀ ਉਹ ਦਾਦਾ ਜੀ ਨੂੰ ਹੋਈਏ ਕੁੱਕੜ ਜਿਹੜੇ ਨੇ ਉਹ ਦਮੇਲਸ਼ਕਰ ਹੋ ਗਏ ਕੀ ਹੋ ਗਏ ਹੱਕ ਹੋ ਗਿਆ ਹੱਕ ਕੁੱਕੜ ਅੱਛਾ ਫੇਰ ਰੋਨਿਆ ਕਾ ਸੰਨਿਆ ਯਾਰ ਮੈਨੂੰ ਤਾਂ ਪਹਿਲੇ ਨਹੀਂ ਹਿਸਾਬ ਲੱਗਦਾ ਯਾਰ ਬੱਸ ਯਾਰ ਮੈਂ ਤੇ ਨਾ ਗੱਲਾਂ ਕਰਦਾ ਨਾ ਮੇਰੇ ਸਾਹਮਣੇ ਦਾਦਾ ਜੀ ਉਦਾਂ ਹੀ ਕਮੀਜ਼ ਲਈ ਮੇਰੀ ਅੱਖਾਂ ਦੇ ਸਾਹਮਣੇ ਕੁੱਕੜ ਬਗਲ ਚ ਲੈ ਕੇ ਨਾ ਤੁਰੇ ਫਿਰਦੇ ਨਜ਼ਰ ਆਉਂਦੇ। ਯਾਰ ਕੁੱਕੜ ਨੂੰ ਛੱਡ ਤੂੰ ਆਪਣੇ ਆਪਣੇ ਕੁੱਕੜ ਦੀ ਆਪਣਾ ਦਾਦਾ ਜੀ ਦੇ ਸਨਾ। ਫਿਰ ਕੀ ਐ? ਓਹ ਹੋ ਤੇ ਖਾਰਸ਼ ਵੱਧ ਗਈ। ਦਾਦਾ ਜੀ ਨੇ। ਹਮ। ਅੱਛਾ ਫਿਰ ਤੇ ਫਿਰ ਅਸੀਂ ਨਾ ਉੱਥੋਂ ਮੈਂ ਤੇਲ ਵੀ ਬਣਵਾ ਕੇ ਲਿਆਂਦਾ ਇੱਕ ਜਗ੍ਹਾ ਤੋਂ ਤਾਰੇ ਮੀਰੇ ਦਾ। ਯਾਰ ਤੂੰ ਮੈਨੂੰ ਦੱਸਦਾ ਬਈ ਤੇ ਮੈਂ ਕੁੱਕੜ ਕਿਤੇ ਦਫਾ ਕਰਦੇ ਉਹਨੂੰ ਛੁਰੀ ਫੇਰ ਲੈਂਦੇ ਯਾਰ। ਨਹੀਂ ਨਹੀਂ ਉਹ ਕੁੱਕੜ ਨੂੰ ਤਾਂ ਫੇਰ ਲੈਣੀ ਸੀ ਦਾਦਾ ਜੀ ਦਾ ਕੀ ਕਰਨਾ ਸੀ। ਨਹੀਂ ਨਹੀਂ। ਦਾਦਾ ਜੀ ਨੂੰ ਦਵਾਈ ਦੇਣੀ ਸੀ ਯਾਰ ਨਹੀਂ ਤਾਰੇ ਮੇਰੇ ਦਾ ਤੇਲ ਮਰਿਆ اچھا ਫੇਰ ਮੈਂ ਤੇਲ ਮਲ ਕੇ ਤੇ ਧੁੱਪੇ ਬਿਠਾਇਆ ਰਾਮ ਆ ਗਿਆ ਨਹੀਂ ਦਾਦਾ ਜੀ ਟੱਪਣ ਲੱਪੇ ਲੜਨ ਲੱਪਿਆ ਨਾ ਉਹ ਤੇਲ ਲਵਾਉਂਦੇ ਹੋਏ ਤੇ ਤੇਲ ਲੜਦਾ ਹੁੰਦਾ ਨਾ ਤਾਰੇ ਮੇਰੇ ਦਾ ਆਹੋ ਠੀਕ ਹੈ ਕਿ ਉਹਨਾਂ ਨੇ ਖਪਖਪਾਉਣੇ ਸ਼ੁਰੂ ਕਰ ਦਿੱਤੀ ਮੈਨੂੰ ਗਾਲਾਂ ਗੂਲਾ ਕਰਨੀ ਸ਼ੁਰੂ ਕਰ ਦਿੱਤੀਆਂ اچھا ਅਸੀਂ ਦਵਾ-ਦਵ ਉਹਨਾਂ ਨੂੰ ਕੀਤਾ ਨਲਕੇ ਥੱਲੇ ਨਲਕੇ ਥੱਲੇ ਕਰਕੇ ਸਾਬਣ ਨਾਲ ਤੇਲ ਤੂੰ ਲਾਇਆ ਉਹ ਨਲਕੇ ਨਾਲ ਨਮੂਨੀਆਂ ਹੋ ਗਿਆ ਉਹਨਾਂ ਨੂੰ ਠੰਡੇ ਪਾਣੀ ਨਾਲ ਹਾਈ ਸ਼ਾਬਾਸ਼ ਬੇਅਕਲੀ ਰਹਿਣਾ ਤੁਸੀਂ ਫੇਰ ਖਾਰਸ਼ ਤੇ ਨਮੂਨੀਆਂ ਰੜ ਗਏ ਵਾਹ ਕਦੀ ਕਈ ਜਣ ਠੰਡ ਲੱਗਦੀ ਹੈ ਕਦੀ ਕਈ ਜਣ ਖਾਰਸ਼ ਹੋਈ ਜਾਂਦੀ ਹੈ ਓਏ ਹੋਏ ਹੋਏ ਹੁਣ ਜੇ ਖਾਰਸ਼ ਠਾਉਂਦੇ ਇਸ ਤੇ ਠੰਡ ਨਹੀਂ ਸੀ ਹਟਦੀ ਜੇ ਠੰਡ ਹਟਦੀ ਹਟਾਉਂਦੇ ਇਸ ਤੇ ਫੇ ਖਾਰਸ਼ ਹੋਣ ਲੱਗ ਪੈਂਦੀ ਸੀ ਫੇਰ ਫੇਰ ਕੀ ਫਾਉਟ ਹੋ ਗਏ ਇਹ ਖਾਰਸ਼ ਦੀ وجہ ਨਹੀਂ ਸਮਝ ਨਹੀਂ ਆਈ ਹੁਣ ਯਾਰ ਨਮੂਨੀਆਂ ਉਹਨਾਂ ਨੂੰ ਲੜਿਆ ਕੇ ਖਾਰਜ ਲੜੀਏ ਯਾਰ ਤੂੰ ਯਕੀਨ ਕਰ ਵੀ ਮੈਂ ਜਦੋਂ ਤੇਰੇ ਹਲਾਉਣਾ ਸੀ ਨਾ ਤੇਰਾ ਤੇ ਵਿੱਚ ਕਿੰਨੀ ਵਾਰੀ ਬਹਾਨਾ ਹੀ ਹੁੰਦਾ ਸੀ ਮੈਂ ਤੇਰੇ ਦਾਦਾ ਜੀ ਵਾਸਤੇ ਆਉਣਾ ਸੀ ਯਾਰ ਬੜੇ ਭਲੇ ਬੰਦੇ ਸੀ ਹਾਂ ਉਹ ਫੌਤ ਹੋਣ ਤੋਂ ਨਾ ਮera ਸਵੇਰੇ 5:00 ਵਜੇ ਫੌਤ ਹੋਣਾ ਸੀ ਤੇ ਰਾਤ ਨੂੰ 9:00 ਵਜੇ ਤੇ ਤੈਨੂੰ ਪਤਾ ਐ ਜਦੋਂ ਮੈਂ ਆਖਰੀ ਵਾਰੀ ਆਇਆ ਹਾਂ ਕਿਉਂ ਦੇ ਹਾਂਜੀ ਤੇ ਮੈਂ ਆ ਬੈਲ ਦਿੱਤੀ ਠਾਡੀ ਨੇ ਆ ਆ ਅੰਦਰ ਹੀ ਬੈਠੇ ਕਹਿੰਦੇ ਵੀ ਨੰਗਿਆ ਮੀਨੇ ਕੋਨ ਨੂੰ ਪਤਾ ਲੱਗ ਜਾਂਦਾ ਸੀ ਯਾਰ ਮੈਂ ਤੇਰੇ ਨਾਲ ਬਹੁਤ ਪਿਆਰ ਸੀ ਆ ਤੇ ਮੈਂ ਆਇਆ ਤੇ ਮੈਂ ਰੋਟੀ ਖਾਂਦਾ ਸੀਗੇ ਉੱਤੇ ਇੰਨਾ بڑا ਮੱਖਣ ਰੱਖਿਆ ਸੀ ਤੇ ਨਾਲ ਰੋਟੀ ਫੜੀ ਸੀ ਤੇ ਮੈਨੂੰ ਉੱਥੇ ਬੁਰਕੀ ਰੋਕ ਲੈ ਕਹਿੰਦੇ ਬਾਕੀ ਮੀਨੇ ਤੂੰ ਖਾਣੀ ਹੈ ਆਹ ਹਾਂ ਤੇ ਗਿਰ ਮੈਂ ਬਹਾਨਾ ਕਰਕੇ ਇੱਕ ਤੋਂ ਬੁਰਕੀਆਂ ਖਾ ਲੀਆਂ ਮੈਂ ਕਿ ਨਹੀਂ ਦਾਦਾ ਜੀ ਤੁਹਾਡਾ ਹੀ ਕੰਮ ਆ ਫਿਰ ਮੇਰੇ ਹੱਥੋਂ ਖਾਦੀ ਯਾਰ ਮੈਨਾਂ ਬੜੀ ਸ਼ਫਕਤ ਕਰਦੇ ਸੀ ਯਾਰ ਬੜਾ ਦੁੱਖ ਹੋ ਗਿਆ ਤੇ ਦੇਖ ਤੂੰ ਮੁਕਈ ਦਾ ਆਟਾ ਜਦੋਂ ਦੇਖ ਗਿਆ ਨਾ ਆਹੋ ਥੋੜਾ ਤੇ ਉਹ ਉਹ ਫਿਰ ਪਕਵਾ ਪਕਾ ਮਕਈ ਦਾ ਕਹਿੰਦੇ ਜੀ ਮੀਨਾ ਦੇ ਕੇ ਗਿਆ ਮੇਰਾ ਪੁੱਤ ਯਾਰ ਮੇਰੇ ਮੇਰਾ ਬਾਪ ਸੀ ਯਾਰ ਸਾਗ ਤੇਰਾ ਤੇਰੇ ਗੰਨੇ ਤੂੰ ਗੁੜ ਜਿਹੜਾ ਦੇਖ ਗਿਆ ਸੀ ਨਾ ਉਹ ਬਸ ਠੀਕ ਆ ਯਾਰ ਉਹ ਸਾਰਾ ਆਪਣੇ ਸਹਰਾਣੇ ਰੱਖਿਆ ਸੀਗਾ ਜਦੋਂ ਖਾਰਿਸ਼ ਬਹੁਤੀ ਹੁੰਦੀ ਸੀ ਥੋੜਾ ਜਿਹਾ ਖਾ ਲੈਂਦੇ ਸੀ ਗੁੜ ਇਹ ਖਾਰਿਸ਼ ਦੇ ਵਿੱਚ ਤੇ ਗੁੜ ਖਾਈਦਾ ਹੀ ਨਹੀਂ ਯਾਰ ਇਹਨਾਂ ਉਹ ਤਾਂ ਬਹੁਤੀ ਹੋਣੀ ਸੀ ਹਾਏ ਅੱਛਾ ਪਰਾਵਾ ਸਬਰ ਕਰ ਮੈਨੂੰ ਯਕੀਨ ਕਰ ਮੈਨੂੰ ਨਹੀਂ ਸੀ ਪਤਾ ਵੀ ਤੇਨਾ ਆਇਆ ਹੋਇਆ ਕੰਮ ਤੇ ਮੈਂ ਮੈਂ ਲੌਣਾ ਥੋੜੀ ਦੇਰ ਤੱਕ ਚੱਕਰ ਮੈਂ ਆਉਣਾ ਤੂੰ ਚੱਕਰ ਲਾ ਲੈ ਯਾਰ ਜਲਦੀ ਜਿੱਦਣ ਫੌਤ ਹੋਣਾ ਸੀ ਨਾ ਹਾਂ ਉਦੋਂ ਰਾਤ ਨੂੰ ਮੇਰੇ ਕੋਲ ਬੜ ਮੈਨੂੰ ਬਿਠਾਇਆ ਅੱਛਾ ਕੀ ਕਹਿੰਦੇ ਤੇ ਇੱਕ ਨਾ ਤੋੜਾ ਜਿਹੜਾ ਹੁੰਦਾ ਆ ਪਲਾਸਟਿਕ ਦਾ ਤੋੜਾ ਨਹੀਂ ਹੁੰਦਾ ਆਹੋ ਅੱਖਾਂ ਖਲ ਖਲ ਪਾਉਣ ਵਾਲਾ ਹਾਂਜੀ ਉਹ ਕਹਿੰਦਾ ਮੰਜੇ ਥੱਲੇ ਤੋੜਾ ਕੱਢ ਨੇ ਬੰਦੇ ਆ ਭਾਈ ਇਹ ਚੀਜ਼ਾਂ ਸੰਭ ਕੇ ਰੱਖਦੇ ਆ ਬਿਲਕੁਲ ਬਿਲਕੁਲ ਫੇ ਮੈਂ ਕਿਹਾ ਹਾਂਜੀ ਕੱਢ ਲਿਆ ਜੀ ਕਹਿੰਦਾ ਖੋਲ ਇਹਨੂੰ ਹਾਂ ਕਹਿੰਦਾ ਪਹਿਲੇ ਨਾ ਹੱਥਾਂ ਤੇ ਦਸਤਾਨੇ ਪਾ ਮੈਂ ਕਿਹਾ ਦਸਤਾਨੇ ਹੈ ਨਹੀਂ ਮੈਂ ਭੱਜ ਕੇ ਗਿਆ ਸਟੋਰ ਤੋਂ ਦਸਤਾਨੇ ਲੈ ਕੇ ਆਂਦੇ ਕੋਕਾ ਦੇ ਲਈ ਬਸ ਉਹਨਾਂ ਦੀਆਂ ਕੁਝ ਚੀਜ਼ਾਂ ਸੀ ਕਹਿੰਦਾ ਪੁੱਤ ਤੈਨੂੰ ਖਰਚ ਨਾ ਲੱਗ ਜਵੇ ਚੀਜ਼ਾਂ ਨੂੰ ਵੀ ਖਰਚ ਪਈ ਹਾਂ ਫਿਰ ਹੁੰਦਾ ਹੀ ਆ ਨਾ ਖਾਰਿਸ਼ ਵਾਲੇ ਬੰਦੇ ਦਾ ਅੱਛਾ ਹਾਂ ਜਾਰੀ ਬਾਤਾਂ ਕਹਿੰਦੇ ਕਾ ਕਹਿੰਦੇ ਨਹੀਂ ਹੁੰਦੇ ਜਰਾ ਸੀਮ ਜੜੇ ਜਰਾ ਸੀਮ ਲੱਗ ਜਾਂਦੇ ਆ ਅੱਛਾ ਚੰਗਾ ਮੈਂ ਦਸਤਾਨੇ ਪਾ ਕੇ ਵਿੱਚੋਂ ਕੱਢਿਆ ਤੇ ਵਿੱਚੋਂ ਮਸਵਾਕਾਂ ਮਸਵਾਕਾਂ ਹਾਏ ਹਾਈ ਅਜੇ ਟਾਲੀ ਦੀਆਂ ਕਿ ਕਰਦੀਆਂ ਹਾਂ ਹਾਂਜੀ ਹਾਂਜੀ ਹਲੇ ਡੜੇ ਪਏ ਹੁਣੇ ਨਵੇਂ ਜਨਮ ਨੇ ਹਾਂ ਮਸਵਾਕ ਨਹੀਂ ਕੀਤੀਆਂ ਆਂ ਕੀਤੀਆਂ ਮਸਵਾਕਾਂ ਉਹ 16 17 ਮਸਵਾਕਾਂ ਨੇ ਮਸਵਾਕਾਂ ਕੀਤੀਆਂ ਹੋਈਆਂ ਥੋੜੇ ਜਿ ਰੱਖੀਆਂ ਹਾਂ ਸਾਮ मतलब ਮਸਵਾਕ ਕਰਦੇ ਸੀ ਕਰਕੇ ਤੇ ਤੋੜੇ ਚ ਸਾਮ ਲੈਂਦੇ ਸੀ ਸਿੱਟਦੇ ਨਹੀਂ ਸੀ ਨਹੀਂ ਸਿੱਟਦੇ ਨਹੀਂ ਸੀ ਕਹਿੰਦੇ ਪੁੱਤ ਐ ਰਾਣਾ ਜਾਜ਼ ਮੈਂ ਕਹਾਂ ਮਸਦਕੇ ਜਾਵਾਂ ਹਾਂ ਬਿਲਕੁਲ ਬਿਲਕੁਲ ਮਮੀ ਜਾਵਾਂ ਭਰਾਵਾ ਹਾਂ ਕਹਿੰਦੇ ਜੀ ਮੈਨੂੰ ਲੱਗਦਾ ਹੈ ਕਿ ਅੱਜ ਮੇਰੀ ਅਸਾਂ ਇਸ ਰਾਤ ਦੀ ਨਹੀਂ ਵੇਖਣੀ ਸਵੇਰ ਵੇ ਛੁੱਪ ਜਾਓ ਤਾਰੇ ਉਹ ਤੇ ਪਾ ਦਿਓ ਹਨੇਰ ਵੇ ਪਤਾ ਲੱਗ ਜਾਂਦਾ ਕਹਿੰਦੇ ਯਾਰ ਬੰਦੇ ਨੂੰ ਪਤਾ ਲੱਗ ਜਾਂਦਾ ਮੇਰਾ ਵੇਲਾ ਆ ਗਿਆ ਬਸ ਦੁੱਖ ਦੀਆਂ ਗੱਲਾਂ ਕਾਸ਼ ਮੈਂ ਵੀ ਲਾਗੇ ਹੁੰਦਾ ਯਾਰ ਮੈਨੂੰ ਕਹਿੰਦੇ ਕਿ ਅੱਜ ਨਾ ਮੈਨੂੰ ਇਦਾਂ ਲੱਗਣ ਡਿਆ ਕਿ ਮੇਰਾ ਅੱਬਾ ਮੈਨੂੰ ਲੈਣ ਆਉਣ ਡਿਆ ਓਏ ਯਾਨੀ ਤੇਰਾ ਪਰਦਾਦਾ ਪਰਦਾਦਾ ਸਿਆਣੇ ਬੰਦੇ ਸਿਆਣੇ ਬੰਦੇ ਅੱਛਾ ਫੇਰ ਮਸਵਾਕਾਂ ਚੁੱਕ ਕੇ ਅਲਹਿਦਾ ਕਰਾਈਆਂ ਅੱਛਾ ਫੇਰ ਕਹਿੰਦੇ ਹੌਸਲਾ ਕਰ ਮੇਰਾ ਵੀਰ ਹੌਸਲਾ ਕੋਈ ਨਹੀਂ ਕੋਈ ਨਹੀਂ ਯਾਰ ਮੈਂ ਹੋਂਨਾ ਤੇਰੇ ਨਾਲ ਹੌਸਲਾ ਕਰ ਜਵਾਨ ਬਾਨੀ ਯਾਰ ਜੱਜੇ ਕੋਈ ਗੱਲ ਨਹੀਂ ਇਹ ਇਹ ਬੜਾ ਵੱਡਾ ਹਾਸਰਾ ਹੁੰਦਾ ਸਿਆਣਾ ਕੋਈ ਘਰ ਦੇ ਵਿੱਚ ਹੋਵੇ ਤੇ ਯਾਰ ਮੈਨੂੰ ਤਾਂ ਦੁੱਖ ਹੀ ਬੜਾ ਕਿ ਯਾਰ ਮੈਂ ਸ਼ਾਮਲ ਨਹੀਂ ਹੋ ਸਕਿਆ ਯਾਰ ਓਏ ਹੋਏ ਉੱਜੜ ਗਏ ਉੱਜੜ ਗਏ ਉੱਜੜ ਗਏ ਭਰਾਵਾ ਮੈਂ ਮੈਨੂੰ ਪੁੱਛ ਮੇਰੇ ਸੀਨੇ ਚ ਕਿੰਨੀ ਇਸ ਟਾਈਮ ਕਿੰਨਾ ਖਲਾਅ ਪੈ ਗਿਆ ਮੀਨੇ ਸਾਡੇ ਕੋ ਤਾਂ ਉਹਨਾਂ ਦਾ ਰਿਆ ਹੀ ਕੁਛ ਨਹੀਂ ਤੇਰੇ ਕੋ ਤਾਂ ਬਹੁਤ ਕੁਛ ਆ ਉਹਨਾਂ ਦਾ ਇਹ ਬਾਜ਼ਾਰੀ ਗੱਲ ਆ ਭਰਾਵਾ ਮੈਂ ਮੈਂ ਤਾਂ ਇਹੀ ਕਹਿ ਸਕਦਾ ਮੈਂ ਭਾਵਾ ਥੋੜੀ ਦੇਰ ਹੀ ਮਿਲਿਆ ਲੈ ਕੇ ਮੇਰੇ ਕੋ ਬਹੁਤ ਯਾਦਾਂ ਨੇ ਮੈਂ ਤਾਂ ਯਾਦਾਂ ਮੈਨੂੰ ਮਸਵਾਕਾਂ ਕਹਿੰਦੇ ਅੱਜ ਮਸਵਾਕਾਂ ਫੜ ਪੁੱਤ ਮੇਰੇ ਯਾਦਾਂ ਦੀ ਗੱਲ ਕੀਤੀ ਤੂੰ ਮਸਵਾਕਾਂ ਦੀ ਗੱਲ ਹਾਂ ਮਸਵਾਕਾਂ ਫੜ ਕੇ ਮੈਨੂੰ ਕਹਿੰਦੇ ਹੈ ਇਹ ਮਸਵਾਕਾਂ ਸਾਰੀਆਂ ਮੇਰੇ ਮੀਨੇ ਪੁੱਤਰ ਨੂੰ ਦੇਣਾ ਤੇ ਉਹਨਾਂ ਨੂੰ ਕਹਿਣਾ ਕਿ ਇਹ ساری ਜ਼ਿੰਦਗੀ ਮਸਵਾਕਾਂ ਹੀ ਕਰਨੀਆਂ ਉਹਨਾਂ ਨੇ ਹਾਂ ਮੈਨੂੰ ਵੀ ਕਹਿੰਦੇ ਹੁੰਦੇ ਸੀ ਮਸਵਾਕ ਰਿਆ ਕਰ ਮੈਂ ਉਹਨਾਂ ਨੇ ਕਿਹਾ ਤੇ ਮੈਂ ਕਰਿਆ ਕਰਾਂਗਾ ਯਾਰ ਮੈਂ ਤਾਂ ਕੁਝ ਵੀ ਕਰਦਾ ਨਹੀਂ ਨਹੀਂ ਜਿਹੜੀਆਂ ਮਸਵਾਕਾਂ ਦਾਦਾ ਜੀ ਕਰਦੇ ਰਿਹਾ ਨਾ ਉਹਨਾਂ ਦੀਆਂ ਝੂਠੀਆਂ ਮਸਵਾਕਾਂ ਨੇ ਤੇ ਉਹਨਾਂ ਨੇ ਸਾਮਕੇ ਰੱਖੀਆਂ ਸੀ ਕਹਿੰਦੇ ਮੇਰੀ ਵਸੀਅਤ ਚ ਹੈ ਕਿ ਇਹ ਮੀਨੇ ਨੂੰ ਦੇਣੀ ਆ ਇਹ ਜਿਹੜੀਆਂ ਤੋੜੇ ਵਿੱਚੋਂ ਕੱਢੀਆਂ ਤੂੰ ਹਾਂਜੀ ਦਸਤਾਨੇ ਪਾ ਕੇ ਹਾਂਜੀ ਖਾਰੇ ਸ਼ਾਲੀਆਂ ਖੁਰਕਾਲੀਆਂ ਮਸਵਾਕਾਂ ਕੀ ਕਹਿੰਦੇ ਮੀਨਾ ਦੇ ਨੇ ਮੀਨੇ ਨੂੰ ਕਹਿੰਦੇ ਮੇਰੀ ਵਸੀਅਤ ਹੈ ਇਹਦੇ ਚੋਂ ਇੱਕ ਵੀ ਮਸਵਾਕ ਕੋਈ ਹੋਰ ਬੰਦਾ ਇਹਨੂੰ ਹੱਥ ਵੀ ਨਾ ਲਾਵੇ ਉਹ ਯਾਰ ਉਹਨਾਂ ਦੇ ਕਹਿੰਦਾ ਮਤਲਬ ਹੋਣਾ ਵੀ ਮੀਨੇ ਨੂੰ ਕਾਈ ਵੀ ਮਸਵਾਕ ਰਿਆ ਕਰੇ ਨਹੀਂ ਲਿਖਾਈ ਹੈ ਵਸੀਅਤ ਮੈਂ ਤੈਨੂੰ ਪੜ੍ਹਾਉਂਗਾ ਉਹਨਾਂ ਨੇ ਕਿਹਾ ਜੀ ਇਹ ਮਸਵਾਕਾਂ ਸਾਰੀ ਜ਼ਿੰਦਗੀ ਮੀਨਾ ਹੀ ਕਰੇਗਾ ਕਿਤੇ ਤਾਜ਼ੀ ਮਸਵਾਕ ਨਹੀਂ ਲਏਗਾ ਨਹੀਂ ਨਹੀਂ ਕੀ ਕਰਨੇ ਆ ਯਾਰ ਵਸੀਅਤ ਦੇ ਵਿੱਚ ਲਿਖਾਇਆ ਇਹ ਕੀ ਕਰਦਾ ਯਾਰ ਜਜੇ ਖਿਆਲ ਕਰੀਆ ਦਾਦਾ ਤੇਰਾ ਫੇਰ ਤੂੰ ਸ਼ੁਗਲ ਤੈ ਮੈਨੂੰ ਸ਼ੁਗਲ ਨਹੀਂ ਹੈਗਾ ਯਾਰ ਸੀਨੇ ਹਾਂ ਇਹ ਮਸਵਾਕਾਂ ਨਾਲ ਅਲਾ ਮੈਨੇ ਉਹ ਯਾਰ ਕਹਿੰਦੇ ਸੀ ਕਿ ਜ਼ਿਲ੍ਹੇ ਤੇਨੂੰ ਮਸਵਾਕਾਂ ਲੈਣ ਤੇਰੇ ਕੋ ਮੀਨਾ ਆਵੇ ਨਾ ਕੱਲੀ ਕੱਲੀ ਮਸਵਾਕ ਉਹਨੂੰ ਕਹਿਣਾ ਕਿ ਚੱਕ ਕੇ ਸਾਡੇ ਸਾਹਮਣੇ ਫੇਰ ਲੈ ਕੇ ਜਾਵੇ ਉਹ ਨਹੀਂ ਯਾਰ ਕੀ ਓਠੀ ਸਿੱਧੀ ਗੱਲ ਕਰੀ ਜਨਾ ਯਾਰ ਲੋਕੀ ਵਸੀਜਾ ਦੇ ਵਿੱਚ ਮਸਵਾਕਾਂ ਥੋੜੀ ਯਾਰ ਲਖਾਉਂਦੇ ਆ ਇਹ ਕਿਹੋ ਜਿਹੀ ਵਸੀ ਲੋਕੀ ਮਾਲੀਆਤੀ ਵਸੀਅਤ ਲਿਖਾਉਂਦੇ ਤੂੰ ਮੈਨੂੰ ਨਬਾ ਦਾਤੀ ਵਸੀਅਤ ਲਖਵਾ ਲਈਏ ਦਾਤੇ ਕੋਲੋਂ ਮੇਰੇ ਲਈ ਮੀਨੇ ਹੁਣ ਆ ਜਾ ਕਿੱਥੇ ਆ ਜਾ ਅੰਮਸਵਾਕਾ ਲੈ ਯਾਰ ਪਾਗਲਾ ਤੂੰ ਯਾਰ ਦਾਦੇ ਨੂੰ ਖਾਰੇ ਸੀਗੀ ਤੇ ਹੁਣ ਤੂੰ ਮੈਂ ਬਸਵਾਕਾ ਕਹੀ ਜਾਣਾ ਲੈ ਜਾ ਵਸੀਅਤ ਤੇ ਨਾਲ ਮੈਨੂੰ ਕੱਲੀ ਮਸਵਾਕਾ ਲਿਖ ਦਿੱਤੀਆਂ ਮੈਂ ਬਾਦੀ ਹੋਈ ਏ ਮੈਨੂੰ ਉਹਨਾਂ ਦਾ ਇੱਕ ਕੱਚਾ ਹੈ ਕੀ ਹੈ ਕੱਚਾ ਕੱਚਾ ਜਿਹੜਾ ਪਾ ਕੇ ਫਿਰਦੇ ਰਹਿੰਦੇ ਸੀ ਨਾ ਸਾਰਾ ਟਾਈਮ ਅੱਛਾ ਪਾ ਕੇ ਫਿਰਦੇ ਸੀ ਮੈਂ ਤਾਂ ਸਲਵਾਰ ਕਮੀਜ਼ ਕੱਚਾ પાਕੇ ਕਿਉਂ ਫਿਰਦੇ ਸੀ ਕੱਚਾ પાਕੇ ਨਹਾਉਂਦੇ ਵੀ ਸੀਗੇ ਕੱਚਾ પાਕੇ ਤੇਲ ਲਾਉਂਦੇ ਸੀਗੇ ਕੱਚਾ ਪਾਕੇ ਹਾਂ 3 ਮਹੀਨੇ ਕਹਿੰਦੇ ਕੱਚਾ ਧੋਣਾ ਨਹੀਂ ਕਿਸੇ ਨੇ ਧੋਣ ਨਹੀਂ ਦਿੱਤਾ ਖਰਚ ਵਾਲਾ ਕੱਚਾ ਆਹ ਸਹੀ ਹੈ ਜ਼ाहिरी ਬਾਤ ਉਹਨਾਂ ਨੂੰ ਪਤਾ ਸੀ ਮੇਰੇ ਨਿਆਣਿਆਂ ਨੂੰ ਬੱਚਿਆਂ ਨੂੰ ਨਾ ਕਿਤੇ ਹੋ ਜਵੇ ਕਹਿੰਦੇ ਇਹ ਫੇਰ ਮੈਨੂੰ ਕਹਿੰਦੇ ਲਿਖ ਇੱਥੇ ਕੱਚਾ ਵੀ ਲਿਖ ਕੀ ਲਿਖ ਕੱਚਾ ਕੀ ਲਿਖ ਕੇ ਇਹ ਮੇਰੇ ਪੁੱਤ ਮੀਨੇ ਨੂੰ ਦੇਣਾ ਓਏ ਯਾਰ ਯਾਰ ਕੀ ਬਕਵਾਸ ਕਰੀ ਜਾਂਦੇ ਆ ਕੋ ਪੁੱਠੀ ਸਿੱਧੀ ਇੱਕ ਬੰਦਾ ਕੱਚਾ ਕਿੱਥੇ ਲਖਾ ਕੇ ਗਿਆ ਕਹਿੰਦੇ ਮੇਰੇ ਪੁੱਤ ਮੀਨੇ ਨੂੰ ਕਹੀਂ ਪੈਂਟ ਪਾਵੇ ਧੋਤੀ ਪਾਵੇ ਸ਼ਲਵਾਰ ਕਮੀਜ਼ ਪਾਵੇ ਪਰ ਥੱਲੇ ਕੱਚਾ ਜ਼ਰੂਰ ਪਾਵੇ ਓਏ ਮੁਰ ਜਾ ਮੈਂ ਤੈਨੂੰ ਕਹਿ ਦਿੰਦੇ ਆ ਲੈ ਖੁਰਕਾਲਾ ਕੱਚਾ ਮੈਂ ਖੁਰਕਾਲਾ ਕੱਚਾ ਪਾਉਣਾ ਮੈਂ ਯਾਰ ਤੇਰਾ ਦਿਮਾਗ ਪਾਗਲ ਹੋ ਗਿਆ ਯਾਰ ਸਦਮੇ ਨਾਲ ਪਾਗਲ ਹੋ ਗਿਆ ਖਰੇ ਮੈਂ ਮੈਂ ਕਿਉਂ ਮੈਨੂੰ ਕਹ ਕੇ ਉਹਨਾਂ ਨੇ ਕੱਚਾ ਪਾਉਣਾ ਮੈਂ ਹੁਣ ਖੁਰਕਾਲੀ ਮਸਵਾਕ ਵੀ ਕਰਾਂ ਉਦੋਂ ਮੈਂ ਖਾਰੇ শাਲਾ ਕੱਚਾ ਪਾਵਾਂ ਦਿਲ ਕਰੇ ਬਾਅਦ ਮੈਂ ਪੈਂਟ ਲਾਵਾਂ ਥੱਲੇ ਲੱਤਾ ਹੀ ਨਾ ਹੋਣ ਪਤਾ ਲੱਗੇ ਖੁਰ ਖੁਰ ਕੇ ਢਿੱਡੇ ਤੱਕ ਚਲੇ ਗਏ ਆ ਪਾਗਲਾ ਤੂੰ ਯਾਰ ਇੱਕ ਬੰਦਾ ਖੁਰਕਾਲਾ ਤੇ ਉਹਦਾ ਨਹੀਂ ਇਸਤੇਮਾਲ ਕਰੀਦਾ ਸਮਾਨ ਯਾਰ ਪਾਗਲਾ ਵੈਸੇ ਉਹਨੇ ਕਿਹਾ ਜਿਹੜੀ ਗੱਲ ਕਹੀ ਉਹ ਦੱਸ ਯਾਰ ਐਵੇਂ ਪੁੱਠੀ ਸਿੱਧੀ ਨਾ ਵਿੱਚ ਮਾਰੀ ਜਿੰਨੇ ਹੁਣ ਆ ਕੇ ਜ਼ਿਲ੍ਹੇ ਅਸਾਤੇ ਦਾ ਖਤਮ ਹੋਣਾ ਨਾ ਪਰਸੋਂ ਅੱਛਾ ਤੂੰ ਆਉਣਾ ਆਉਣਾ ਭਾਈ ਆਉਣਾ ਮੈਂ ਸਾਰੇ ਖਾਨਦਾਨ ਦੇ ਸਾਹਮਣੇ ਤੇਰੀ ਜਿਹੜੀ ਅਮਾਨਤ ਆ ਕਿਹੜੀ ਮਾਨਤ ਮਸਵਾਕਾਂ ਤੇ ਕੱਚਾ ਇਹ ਤੇਰੇ ਮੈ ਸਪੁਰਦ ਕਰਨਾ ਮੈਂ ਤੈਨੂੰ ਨਾ ਸਪੁਰਦ ਖੁਦਾ ਕਰ ਦੇਣਾ ਹੀ ਦਿਮਾਗ ਦਾ ਇਲਾਜ ਕਰ ਇਹ ਦਿਮਾਗ ਠੀਕ ਆ ਤੇਰਾ ਮੈਨੂੰ ਕੱਚਾ ਕਿਉਂ ਦੇਣਾ ਮੈਂ 24 ਘੰਟੇ ਨਹਿਰ ਵਾਲੇ ਮੂੜ ਤੇ ਹੁੰਨਾ ਮੈਂ ਦਸਤਾਨੇ ਪਾ ਕੇ ਓਏ ਪਾ ਲੈ ਮਸਵਾਕਾਂ ਵੀ ਤੈਨੂੰ ਫੜਾਉਣੀਆਂ ਨੇ ਤੇ ਤੂੰ ਆਪਣੇ ਕੱਪੜੇ ਲਾ ਕੇ ਤੇ ਕੱਚਾ ਉੱਥੇ ਪਾ ਕੇ ਸਾਰਿਆਂ ਨੂੰ ਇੱਕ ਸਾਰਿਆਂ ਦੇ ਵਿੱਚ ਖੜੇ ਹੋ ਕੇ ਕਹਿਣਾ ਜੀ ਲੋ ਜੀ ਮੈਂ ਅਗਰ ਵਸੀਅਤ ਦਾਦਾ ਜੀ ਨੇ ਕੀਤੀ ਸੀ ਤੇ ਮੈਂ ਮੀਨਾ ਰੰਗਸਾਜ਼ ਇਹ ਅਮਾਨਤ ਵਸੀਅਤ ਦੇ ਮੁਤਾਬਕ ਕਬੂਲ ਕਰ ਰਿਹਾ ਆ ਸਾਰੇ ਦੇਖ ਲਓ ਮੈਂ ਕੱਚਾ ਪਾ ਲਿਆ ਅਮਾਨਤ ਦੇ ਖੋਤੇ ਆ ਮੇਰੀ ਗੱਲ ਸੁਣ ਲੋਕੀ ਖੁਰਕ ਦੀ ਵਜ੍ਹਾ ਤੋਂ ਕੋਈ ਕਿਸੇ ਦੀ ਲੱਤ ਜ਼ਖਮੀ ਹੋ ਜਾਂਦੀ ਕਿਸੇ ਦੀ ਬਾਹ ਜ਼ਖਮੀ ਹੁੰਦੀ ਉੱਥੋਂ ਖੁਰਨਾ ਸ਼ੁਰੂ ਹੁੰਦੇ ਤੂੰ ਕਹਿੰਨੇ ਵੀ ਮੈਂ ਤੇਰੇ ਦਾਦੇ ਦੀ ਖੁਰਕਾਲੀ ਮਸਵਾਹ ਕਰਕੇ ਮੂੰਹ ਤੋਂ ਕਸਣਾ ਸ਼ੁਰੂ ਹੋਵਾ ਜਿਸ ਬੰਦੇ ਨੂੰ ਖੁਰਕ ਕਬਰਾਂ ਜੇ ਲੈ ਗਈ ਯਾਰ ਕੋ ਯਾਰ ਨੂੰ ਹੱਥ ਮਾਰ ਖੁਰਕਾ ਲਈ ਮਸਵਾਕ ਸਾਹਮ ਕੇ ਰੱਖੀ ਉਹਨਾਂ ਦੀ ਲੈ ਦਾਸ ਨੂੰ ਤੋਂ ਮੈਂ ਕੱਚਾ ਪਾਲਵਾ ਖੁਰਕਾ ਲਾ ਕੀ ਗੱਲਾ ਮੈਂ ਗੱਟਰ ਕੱਢਨੇ ਨਹੀਂ ਖੁਰਕਾ ਲਾ ਕੱਚਾ ਮੈਨੂੰ ਪਾਉਣ ਨਿਆ ਵਜ੍ਹਾ ਕੀ ਆ ਮੇਰੇ ਕੋ ਹੈਗੇ ਆ ਯਾਰ ਆਪਣੀ ਮੈਂ ਤੋਤੀ ਬਣ ਲੈਣਾ ਤੇ ਆ ਜਾ ਹੁਣ ਲੈ ਮੈਂ ਆ ਜਾਣਾ ਲੇਕਿਨ ਮੈਂ ਅਫਸੋਸ ਕਰ ਰਣ ਹੁਣਾ ਓਏ ਬਸ ਇਹ ਆ ਕੇ ਐ ਜਦੋਂ ਕਹਿੰਦਾ ਬਸ ਇਹ ਆ ਬਸ ਇਹ ਮੈਨੂੰ ਬਹੁਤ ਗੁੱਸਾ ਛੱਡਦਾ ਹੁੰਦਾ ਯਾਰ ਤੇਰੀ ਇਹ 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 ਫਜ਼ੂਲ ਜੀ ਕੰਟੀਨਿਉਟੀ ਤੇ ਬਸ ਛੇ ਆ ਬਸ ਛੇ ਆ ਮੈਨੂੰ ਪਤਾ ਬਸ ਕਿਹੜੀ ਹੁੰਦੀ ਹੈ ਦੰਦ ਨਹੀਂ ਸੀਗੇ ਨਾ ਦਾਦਾ ਜੀ ਦੇ ਤੇ ਪਤਾ ਨਾ ਤੈਨੂੰ ਆ ਤੇ 90 ਸਾਲ ਚ ਦੰਦ ਕਦੋਂ ਹੁੰਦੇ ਆ ਭਰਾਵਾ 90 ਸਾਲ ਦੇ ਵਿੱਚ ਤੇ ਸਿਰਫ ਐਕਸਟਰਾ ਲੱਭਦਾ ਹੁੰਦਾ ਕਿ ਕਦੀ ਸੀਗੇ ਉਹਨਾਂ ਨੇ ਲੋਈ ਨਕਲੀ ਦੰਦ ਲਵਾਏ ਸੀ ਜਿਹੜੀ ਬਤੀ ਸੀ ਨਹੀਂ ਹੁੰਦੀ ਓਏ ਆਹੋ ਦੰਦਾਂ ਵਾਲੇ ਡਾਕਟਰ ਲਾਉਂਦੇ ਆ ਹਾਂ ਉਹ ਬਸ ਰਾਤ ਨੂੰ ਸੌਣ ਲੱਗਿਆਂ ਕੱਢ ਕੇ ਗਲਾਸ 'ਚ ਰੱਖਦੇ ਸੀ ਪਾਣੀ ਪਾ ਕੇ ਫੋਟੋਂ ਤੋਂ 10 ਮਿੰਟ ਪਹਿਲੇ ਨਾ ਮੈਨੂੰ ਕਹਿੰਦੇ ਦਸਤਾਨੇ ਕਿੱਥੇ ਆ ਦਸਤਾਨੇ ਮੈਂ ਕਹਿੰਦਾ ਜੀ ਉਹ ਅੰਦਰ ਪਾਇਆ ਕਹਿੰਦੇ ਹਰ ਕੰਮ ਦਸਤਾਨੇ ਪਵਾ ਕੇ ਕਰਾਉਂਦੇ ਸੀ ਕਹਿੰਦੇ ਤੇਰਾ ਦਸਤਾਨੇ ਪਾ ਕੇ ਆ ਮੈਨੂੰ ਇਹ ਦੱਸ ਨਾ ਕਹਿੰਦੇ ਤੇਰਾ ਦਸਤਾਨੇ ਪਾ ਕੇ ਆ ਦੇਖੋ ਹਰ ਕੰਮ ਦਾਦਾ ਜੀ ਦਸਤਾਨੇ ਪਵਾ ਕੇ ਕਰਾਉਂਦੇ ਸੀ ਹਾਂ ਦਾਦਾ ਜੀ ਨੂੰ ਖਾਰਿਜ ਦੇ ਨਾਲ ਨਾਲ ਦਾਦਾ ਜੀ ਚ ਕਰੰਟ ਵੀ ਸੀ ਕਹਿੰਦੇ ਦਾਦਾ ਨਾ ਹੋ ਗਿਆ ਮਰੇ ਖੰਭਾ ਹੋ ਗਿਆ ਕਰੰਟ ਆ ਲੈ ਮੈਂ ਦਸਤਾਨੇ ਪਾਏ ਨੇ ਲੈ ਦਸਤਾਨੇ ਪਾਏ ਨੇ ਤੇ ਪੀੜ ਕੱਢ ਕੇ ਨਾ ਮੂੰਹ ਚ ਹਾਂ ਦੰਦਾਂ ਦਾ ਅੱਛਾ ਮੇਰੇ ਹੱਥ ਤੇ ਰਖਤਾ ਤਾਜ਼ਾ ਹੀ ਬਾਤ ਉਹਨਾਂ ਦਾ ਵਿਹਲਾ ਆਇਆ ਸੀ ਸਮਝ ਆ ਗਈ ਕਿ ਆਂਦਾ ਜਿੱਦਣ ਮਿਹਨਤ ਨੂੰ ਮਿਲਣਾ ਓਏ ਕਿਵੇਂ ਓਏ ਓਏ ਉਹ ਦਾਦੇ ਦੇ ਖੁਰਾ ਜਿੱਦਣ ਮਿਹਨਤ ਨੂੰ ਮਿਲਣਾ ਵੇ ਆਪਣੇ ਹੱਥੀਂ ਉਹਦੇ ਮੂੰਹ 'ਚ ਤੁੰਨੀ ਹੈ ਆਈ ਸ਼ਾਬਾਸ਼ ਇੱਥੇ ਰੱਖ ਤੇ ਇੱਥੇ ਇੱਥੇ ਹਾਂ ਓਹ ਪੀੜ ਦੰਗਾ ਕਦੇ ਪੀੜ ਨਹੀਂ ਨਹੀਂ ਪੀੜ ਸੋਚ ਜੇ ਤੇਰੇ ਕਿੰਨੇ ਹੋਣੀ ਜਦੋਂ ਮੈਂ ਤੈਨੂੰ ਫੜ ਲਿਆ ਤੇ ਮਿੰਨੇ ਉਹ ਦੰਦ ਮੈਂ ਲਾਉਣੇ ਆ ਦਾਦਾ ਜੀ ਦੀ ਯਾਦ ਚ ਆਪਣੇ ਸਾਰੇ ਦੰਦ ਘਟਾ ਕੇ ਨਵਾਂ ਲਵਾ ਲਾ ਓਏ ਬੰਦੇ ਦਾ ਦੰਦ ਨਵੇਂ ਲਵਾਉਣ ਤੋਂ ਬਾਅਦ ਨਾ ਦਿਲ ਕਰਦਾ ਹੁੰਦਾ ਵੀ ਮੈਂ ਹੱਸਾਂ ਲੋਕਾਂ ਨੂੰ ਆਪਣੇ ਦੰਦ ਦਿਖਾਵਾਂ ਤੇ ਸਾਲਿਆ ਮੈਂ ਖੁਰਕਾਲੇ ਪੀੜ ਪਾ ਕੇ ਤੇ ਮੈਂ ਮੁੜ ਕੇ ਮੇਰਾ ਦਿਲ ਕਰਨਾ ਮੈਂ ਕੁੱਤਿਆਂ ਨੂੰ ਦੰਦੀਆਂ ਵੱਡਾਂ ਮੈਨੂੰ ਇਹ ਦੱਸ ਵੀ ਮੈਂ ਜਿਹੜੀ ਸ਼ੈ ਖਾਣੀ ਆ ਉਹਨੂੰ ਪਹਿਲੇ ਖੁਰਕ ਪੈਣੀ ਆ ਜਿੱਥੇ ਤੇ ਜਿੱਥੇ ਮੁੜ ਕੇ ਮੈਂ ਹੀ ਨਗਾ ਲੈਣੀ ਆ ਲਖ ਲਾ ਨਾ ਤੇਰੇ ਤੇ ਯਾਰ ਦਿਮਾਗ ਠੀਕ ਆ ਜਰਾ ਇਹ ਕਿਹੜੀ ਤੂੰ ਮੈਨੂੰ ਖੁਰਕੋਲੀ ਇੰਤਜ਼ਾਦਾ ਦਾਦਾ ਮੇਰੇ ਮੇਰੇ ਪਲੇ ਭਾਈ ਜਨਾ ਨਾ ਉਹਨੇ ਪਤਾ ਨਹੀਂ ਨਾ ਪਤਾ ਨਹੀਂ ਉਹਨੂੰ ਵੀ ਅਕਲ ਨਹੀਂ ਸੀ ਆ ਗਈ ਨਾ ਤੈਨੂੰ ਆ ਗਈ ਤੇ ਵਸੀਅਤ ਦੇ ਮੁਤਾਬਕ ਓਏ ਵਸੀਅਤ ਦੇ ਮੁਤਾਬਕ ਐ ਮੈਂ ਤੇਰਾ ਕਤਲ ਵਾਜਬ ਹੋ ਜਾਣਾ ਈ ਮੇਰੇ ਤੇ ਵਸੀਅਤ ਐ ਮੈਂ ਤੈਨੂੰ ਨਸੀਅਤ ਕਰਨੇ ਆ ਵੀ ਹਟ ਜਾ ਵਸੀਅਤ ਦੇ ਮੁਤਾਬਕ ਹੁਣ ਸਾਰੀਆਂ ਚੀਜ਼ਾਂ 100 200 ਬੰਦੇ ਦੇ ਵਿੱਚ ਤੇਰੇ ਹਵਾਲੇ ਕੀਤੀਆਂ ਜਾਣੀਆਂ ਪਾਣੀ ਬੜੀਆਂ ਬੜੀਆਂ ਦੀਦਾ ਦੇਖ ਬੜੀਆਂ ਮੈਗਨਾ ਸੌਰਿਆ ਨੇ ਮੋਟਰਸਾਈਕਲ ਘੱਲੇ ਮੇਰੇ ਵਾਸਤੇ ਸਾਲਿਆ ਝੂਠੀਆਂ ਮਸਵਾਕਾਂ ਤੇਰਾ ਬੇੜਾ ਤਰ ਜਾਏ ਖੁਰਗਾਲਾ ਕੱਛਾ ਉਹ ਖੋਤੇ ਦੇ ਖੁਰਾ ਉਤੋਂ ਪੀੜ ਦਸੀ ਜਾਣਾ ਮੈਂ ਜਿਹੜਾ ਆਪਣਾ ਪੀੜ ਨਾ ਮੈਂ ਉਹਦੇ ਨਾਲ ਬੇਟਾ ਇੰਨੀ ਆ ਕਿ ਦੰਦੀਆਂ ਵੱਟਣੀਆਂ ਤੇਰੇ ਤੈਨੂੰ ਲੱਗ ਪਤਾ ਜਾਣਾ ਵੀ ਇਹਦਾ ਪੀੜ ਫਸ ਖਲਾਸ ਨੂੰ ਲੋੜ ਹੀ ਨਹੀਂ ਆਗੀ ਲੈ ਨੱਕ ਥਾਣੀ ਅਫਸੋਸ ਹੋ ਰਿਹਾ ਤੈਨੂੰ ਓਏ ਸਾਦਾ ਮਾਰਦਾ ਕੋਵਸੀ ਯਾਦ ਕਰਦਾ ਵੀ ਬੱਚੇ ਰਲ ਕੇ ਰਿਓ ਮਿਲ ਕੇ ਰਿਓ ਕੁਝ ਇਕੱਠੇ ਖਾਇਓ ਕੱਚੋ ਪੀਏ ਇਹ ਕਿਹੜਾ ਕੰਮ ਆ ਜੋ ਮੌਜਾ ਤਾਂ ਹੜਾਪੋ ਦੇ ਦੌਰ ਦੀਆਂ ਚੀਜ਼ਾਂ ਤੇਰੇ ਦਾਦੇ ਨੇ ਲਈਆਂ ਸੀ ਸਾਰੀਆਂ ਮਰੇ ਕੁੱਤਾ ਮਾਰ ਪੀੜ ਉਹਦੇ ਮੂੰਹੇ ਹੋਣਾ ਜਦ ਨੂੰ ਖੁਰਕ ਪਈ ਆ ਕੱਚਾ ਘਰੇ ਕਿਹੜੇ ਬਾਬਿਆਂ ਦੇ ਪਤਾ ਨਹੀਂ ਕਿੱਦਾਂ ਦੇ ਕੱਚੇ ਹੁੰਦੇ ਉਹ ਤੋਂ ਲੈਣਾ ਲਿਆਉਂਦੇ ਉਹ ਤੋਂ ਲਾਉਂਦੇ ਹੁੰਦੇ ਦਰ ਫੇੜੇ ਮੂੰ ਮੈਂ ਕੱਚਾ ਪਾ ਕੇ ਵੀ ਸਾਲਿਆ ਮੈਂ ਸੈਂਸਰ ਰਹਿਣਾ 24 ਘੰਟੇ ਉਹ ਤਾਂ ਮਸਵਾਕ ਤਾਂ ਸੀ ਜਨਾ ਐਡੀ ਮਸਵਾਕ ਵਾਦੀਏ ਵਾਦੀਏ ਗੁਲਾਬ ਦੀ ਮਸਵਾਕ ਮੇਰੇ ਜੋਗੀ ਰਹਿ ਗਈ ਚਿੱਠੀ ਹੋਈ ਤੁਰ ਫੜੇ ਮੂੰਹ ਮੁੜ ਕੇ ਮੈਂ ਮਸਵਾਕ ਚਿੱਥਾ ਪਤਾ ਲੱਗੇ ਮਸਵਾਕ ਨਾਲ ਉਹ ਡੇਢ ਗੁਲਾਬ ਬਹੁਤਾ ਥੁੱਕ ਮੇਰੇ ਮੂੰਹ 'ਚ ਚਲਾ ਗਿਆ ਗੱਦਾ ਚੱਲ ਤਵਾ ਯਾਦ